ਪ੍ਰਿੰਸ ਦਾ ਫੋਨ ਜਦੋਂ ਮੈਨੂੰ ਆਇਆ ਪ੍ਰਿੰਸ ਤੇ ਮੇਰੀ ਜਿਹੜੀ ਜਾਣ ਪਛਾਣ ਹੈ ਇਹ ਬਹੁਤ ਪੁਰਾਣੀ ਹੈ 97 ਚ ਅਸੀਂ ਇੱਕ ਫਿਲਮ ਇਕੱਠਿਆਂ ਨੇ ਕੀਤੀ ਸੀ ਬੜਾ ਡੀਅਰ ਮੇਰਾ ਛੋਟਾ ਭਾਈਆ ਵੈਸੇ ਮੈਂ ਪ੍ਰਿੰਸ ਨੂੰ ਬਹੁਤ ਪਿਆਰ ਕਰਦਾ ਤੇ ਉਹ ਕਹਾਣੀ ਸੁਣਾਉਣ ਦਾ ਹੀ ਬਹੁਤ ਵਧੀਆ ਜਿਹੜੀ ਸਭ ਤੋਂ ਵਧੀਆ ਗੱਲ ਹੈ ਤੇ ਜਿਸ ਹਿਸਾਬ ਨਾਲ ਉਹਨੇ ਮੈਨੂੰ ਸੁਣਾਇਆ ਤੇ ਮੈਂ ਆਈ ਵਾਸ ਮੋਰ ਦਨ ਰੈਡੀ ਮੈਂ ਕਹਾਂ ਮੈਂ ਇਹ ਫਿਲਮ ਤਾਂ ਕਰਨੀ ਕਰਨੀ ਹੈ ਟੱਚਪੁਆਇੰਟ ਇਹ ਫਿਲਮ ਵੀ ਬਹੁਤ ਹੀ ਜ਼ਿਆਦਾ ਸਕਸੈਸਫੁਲ ਰਹੂਗੀ ਇਹ ਹੈ ਜ ਮੇਰਾ ਮੰਨਣਾ ਹੈ ਜਿੱਦਾਂ ਤੁਸੀਂ ਕਹਿਆ ਕਿ ਪ੍ਰਿੰਸ ਉਹਨਾਂ ਨੂੰ ਤੁਸੀਂ ਕਾਫੀ ਟਾਈਮ ਤੋਂ ਜਾਣਦੇ ਹੋ ਕਾਫੀ ক্লোਜ਼ ਹੈਗੇ ਹੋ ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਕੀ ਇਦਾਂ ਦਾ ਚੇਂਜ ਦੇਖਿਆ ਹੈ ਪ੍ਰਿੰਸ ਤੋਂ ਤੇ ਜਿਹੜਾ ਕੋ ਹੁੰਦਾ ਨਾ ਕਿ ਸਰਪ੍ਰਾਈਜ਼ਿੰਗ ਫੈਕਟਰਸ ਹੈਗਾ ਤੇ ਚੇਤਾ ਸਿੰਘ ਸੋਨੇ ਬਕਾਇਦਾ ਇਟਸ ਅ ਕੌਨਸ਼ੀਅਸ ਐਫਰਟ ਕਿ ਪੰਮਾ ਤੇ ਚੇਤਾ ਸਿੰਘ ਬਿਲਕੁਲ ਦੋ ਅਲੱਗ ਇੰਡੀਵਿਜੂਅਲ ਲੱਗਣ ਸੈਟਅਪ ਤੇ ਲਈ ਕਾਫੀ ਟਾਈਮ ਲੱਗਦਾ ਸੀ ਬਹੁਤ ਟਾਈਮ ਲੱਗਦਾ ਸੀ ਸਾਰਾ ਖੁਦ ਹੀ ਬਣਾਇਆ ਨੇ ਸਾਰਾ ਖੁਦ ਹੀ ਬਣਾਇਆ ਸੈਟਅਪ ਤੇ ਟਾਈਮ ਬਹੁਤ ਲੱਗਦਾ ਸੀਗਾ

ਥੋੜਾ ਬੋਤ ਫੋਨ ਖਰਾਬ ਬਤਾ ਹੋਣਾ ਹੈ ਯੂ ਹੈਵ ਟੂ ਐਡ ਮੈਕ ਥਿਸ ਚੇਤਾ ਸਿੰਘ ਫਿਲਮ ਇੱਕ ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਟੀਜ਼ਰ ਟ੍ਰੇਲਰ ਪੋਸਟਰ ਨੇ ਕਿਉਰਿਓਸਿਟੀ ਪੈਦਾ ਕੀਤੀ ਹੋਈ ਹੈ ਤੇ ਹੁਣ ਜਿਹੜਾ ਪਹਿਲਾ ਹੀ ਡਾਇਲੋਗ ਜਿਹੜਾ ਹੈ ਸੰਜੋ ਸੁਲੰਕੀ ਹੋਣਾ ਤਾਂ ਤੁਸੀਂ ਸੁਣ ਲਿਆ ਆ ਹੋਰ ਵੀ ਜ਼ਿਆਦਾ ਹੋਣਾ ਕਿ ਫਿਲਮ ਵੀ ਦੇਖਣੀ ਆ ਕਿ ਇਹੋ ਜਿਹਾ ਧਮਾਕਾ ਹੋਣ ਵਾਲਾ ਪਹਿਲਾਂ ਤਾਂ ਸਵਾਗਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰਾਈਮੇਸ਼ੀਆ ਟੀਵੀ ਤੇ ਥੈਂਕ ਯੂ ਪ੍ਰਾਈਮੇਸ਼ੀਆ ਟੀਵੀ ਦਾ ਮੈਂ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਮੇਰੇ ਵਰਗੇ ਨਿਵਾਣੇ ਕਲਾਕਾਰ ਨੂੰ ਮੌਕਾ ਦਿੱਤਾ ਨੇ ਤੁਸੀਂ ਬਹੁਤ ਵਧੀਆ ਆਰਟਿਸਟ ਹੋ ਸਾਨੂੰ ਅਸੀਂ ਭੱਗਾ ਵਾਲੇ ਆ ਕਿ ਤੁਹਾਡੇ ਨਾਲ ਬੈ ਕੇ ਗੱਲਬਾਤ ਕਰ ਰਹੇ ਆ ਪਹਿਲਾਂ ਤਾਂ ਦੱਸੋ ਕਿਵੇਂ ਕੀ ਹਾਲ ਚਾਲ ਤੁਹਾਡਾ ਮੈਂ ਬਿਲਕੁਲ ਠੀਕ ਆ ਅੱਜ ਕੱਲ ਬਤ ਵੀ ਉਹ ਕਹਿੰਦੇ ਪੂਰੀ ਚੜ੍ਹਾਈ ਹੈ ਪੂਰੀ ਚੜ੍ਹਾਈ ਹੈ ਸੱਚ ਬੋਲ ਤੇ ਥੋੜਾ ਜਿ ਲੱਕੀ ਇਸ ਕਰਕੇ ਆ ਕਿ ਅਲੱਗ ਅਲੱਗ ਕਿਸਮ ਦੇ ਰੋਲ ਮਿਲ ਰਹੇ ਨੇ ਮੈਂ ਕਾਮੇਡੀ ਵੀ ਕਰ ਰਿਹਾ ਬਿਲਨ ਵੀ ਕਰ ਰਿਹਾ ਜੀ ਜੀ ਬਾਬੇ ਦੀ ਫਿਲਮ ਕਰ ਪਾਈ ਜੀ ਇਸ ਫਿਲਮ ਦਾ ਡਾਇਲੋਗ ਤਾਂ ਸੋਹਣੀ ਲਿਆ ਥੋੜਾ ਜਿ ਆਪਣੇ ਕਿਰਦਾਰ ਦੇ ਬਾਰੇ ਦੱਸੋ ਅ ਮੇਰਾ ਕਿਰਦਾਰ ਇਸ ਫਿਲਮ ਚ ਸਕੂਲ ਦੇ ਪ੍ਰਿੰਸੀਪਲ ਦਾ ਮਤਲਬ ਵੈਸੇ ਐਜ਼ ਅ ਪ੍ਰਿੰਸੀਪਲ ਦੇ ਆਰ ਸੁਪੋਜ਼ ਟੂ ਗਾਈਡ ਦ ਪੀਪਲ ਸਹੀ ਰਸਤੇ ਲਾਉਣ ਵਾਲਾ ਪਰ ਇਹ ਤੇ ਥੋੜਾ ਜਿਹਾ ਗ੍ਰੇਸ਼ੀਟ ਵਾਲਾ ਕੈਰੈਕਟਰ ਹੈ। ਓਕੇ ਅੱਛਾ ਐਵੇਂ ਦੇ ਕਿਰਦਾਰ ਕਰਨੇ ਤੁਹਾਨੂੰ ਵਧੀਆ ਲੱਗਦੇ ਜਾਂ ਇੱਕ ਹੁੰਦਾ ਵਧੀਆ ਚਲੋ ਐਜ਼ ਅ ਆਰਟਿਸਟ ਤਾਂ ਹਰ ਕਿਰਦਾਰ ਵਧੀਆ ਹੁੰਦੇ ਹੀ ਆ ਕਿ ਜ਼ਿਆਦਾ ਚੋਇਸ ਕੋਈ ਹੋਰ ਕਿਰਦਾਰ ਆਪਦੀ ਹੁੰਦੀ ਐਕਚੁਅਲੀ ਮੈਂ ਸਾਲ ਪਹਿਲਾਂ ਮੈਨੂੰ ਬੜੀ ਸ਼ਿਕਾਇਤ ਹੁੰਦੀ ਸੀ ਸਾਰੇ ਆਪਣੇ ਪ੍ਰੋਜੈਕਟਾਂ ਫਿਲਮਾਂ ਕਰਦਾ ਕਿ ਮੈਨੂੰ ਕਾਮੇਡੀ ਨਹੀਂ ਮਿਲਦੇ ਹੂੰ ਪਰ ਨਾਓ ਵਾਟ ਦਿ ਗ੍ਰੇਸ ਆਫ ਗੋਡ ਹੁਣ ਮੈਂ ਕਾਮੇਡੀ ਵੀ ਕਰ ਰਿਹਾ ਹਾਂ ਨੈਗੇਟਿਵ ਵੀ ਕਰ ਰਿਹਾ ਹਾਂ ਫੈਮਿਲੀ ਮੈਨ ਵੀ ਕਰ ਰਿਹਾ ਹਾਂ ਤੇ ਜਿਹਨੂੰ ਕਹਿੰਦੇ ਨੇ ਮਤਲਬ ਆਈ ਐਮ ਵੈਰੀ ਸੈਟੀਸਫਾਈਡ ਇਨ ਮਾਈ ਲਾਈਫ ਨਾਓ ਓਕੇ ਜਿਦੋਂ ਚੇਤਾ ਸਿੰਘ ਫਿਲਮ ਤੁਹਾਨੂੰ ਆਫਰ ਹੋਈ ਤੁਹਾਡੇ ਕਿਰਦਾਰ ਦੇ ਲਈ ਤੁਸੀਂ ਕਿਹੜੀ ਇੱਕ ਚੀਜ਼ ਜਿਹੜੀ ਤੁਹਾਨੂੰ ਸੀਗੀ ਕਿ ਹਾਂ ਮੈਨੂੰ ਇਹ ਫਿਲਮ ਕਰਨੀ ਚਾਹੀਦੀ ਕਿਉਂਕਿ ਫਿਲਮਾਂ ਚੂਜ਼ ਕਰਨ ਲੱਗੇ ਬੰਦਾ ਕਾਫੀ ਕੁਝ ਸੋਚਦਾ ਆ ਹਮ ਸਭ ਤੋਂ ਪਹਿਲਾਂ ਤਾਂ ਪ੍ਰਿੰਸ ਦਾ ਫੋਨ ਜਦੋਂ ਮੈਨੂੰ ਆਇਆ ਮਤਲਬ ਪ੍ਰਿੰਸ ਤੇ ਮੇਰੀ ਜਿਹੜੀ ਜਾਣ ਪਛਾਣ ਹੈ ਇਹ ਬਹੁਤ ਪੁਰਾਣੀ ਹੈ 97 ਚ ਅਸੀਂ ਇੱਕ ਫਿਲਮ ਇਕੱਠਿਆਂ ਨੇ ਕੀਤੀ ਸੀ ਜੀ ਤੇ ਆਈ ਵਾਸ ਡੂਇੰਗ ਮੈਂ ਐਕਟਿੰਗ ਕਰ ਰਿਹਾ ਸੀ ਤੇ ਪ੍ਰਿੰਸ ਨੇ ਸ਼ਾਇਦ ਕਾਸਟੂਮਸ ਵੀ ਕੀਤੇ ਸੀ ਉਹ ਫਿਲਮ ਚ ਜੀ ਤੇ ਉਦੋਂ ਤੋਂ ਸਾਡੀ ਐਸੋਸੀਏਸ਼ਨ ਆਇਜ਼ ਬੜਾ ਡੀਅਰ ਮੇਰਾ ਛੋਟਾ ਭਾਈਆ ਜਿਸ ਤਰੀਕੇ ਨਾਲ ਦ ਵੀ ਹੀ ਨਰੇਟਡ ਮੀ ਦ ਹੋਲ ਜਿਵੇਂ ਉਹਨੇ ਮੈਨੂੰ ਕਹਾਣੀ ਸੁਣਾਈ ਹੈ ਨਾ ਤੇ ਵੈਸੇ ਮੈਂ ਪ੍ਰਿੰਸ ਨੂੰ ਬਹੁਤ ਪਿਆਰ ਕਰਦਾ ਹੂੰ ਤੇ ਉਹ ਕਹਾਣੀ ਸੁਣਾਉਣ ਦਾ ਹੀ ਬਹੁਤ ਵਧੀਆ ਜਿਹੜੀ ਸਭ ਤੋਂ ਵਧੀਆ ਗੱਲ ਹੈ ਉਹਨੂੰ ਉਹਦੇ ਕੋਲ ਸ਼ਬਦ ਬਹੁਤ ਚੰਗੇ ਨੇ ਤੇ ਜਿਸ ਹਿਸਾਬ ਨਾਲ ਉਹਨੇ ਮੈਨੂੰ ਸੁਣਾਇਆ ਤੇ ਮੈਂ ਆਈ ਵਾਸ ਮੋਰ ਦਨ ਰੈਡੀ ਮੈਂ ਕਹਾ ਮੈਂ ਇਹ ਫਿਲਮ ਤਾਂ ਕਰਨੀ ਕਰਨੀ ਹੈ ਹਾਂਜੀ ਮੈਨੂੰ ਕਹਾਣੀ ਤੁਹਾਨੂੰ ਕਾਫੀ ਇਨਸਪਾਇਰਿੰਗ ਇਨਸਪਾਇਰਿੰਗ ਲੱਗੀ ਤੇ ਦੂਸਰਾ ਮੈਂ ਪ੍ਰਿੰਸ ਨਾਲ ਕੰਮ ਕਰਨਾ ਚਾਹੁੰਦਾ ਸੀ ਤੀਸਰੀ ਇਹ ਗੱਲ ਸੀ ਕਿ ਕਈ ਵਾਰ ਨਾ ਤੁਸੀਂ ਫਿਲਮਾਂ ਚੂਜ਼ ਕਰਦੇ ਹੋ ਬਟ ਕਈ ਵਾਰ ਫਿਲਮਾਂ ਤੁਹਾਨੂੰ ਚੂਜ਼ ਕਰਦੀਆਂ ਨੇ ਬਿਲਕੁਲ ਤੇ ਜਦੋਂ ਇਸ ਕਿਸਮ ਦੀ ਕੋਈ ਚੀਜ਼ ਹੁੰਦੀ ਹੈ ਤਾਂ ਹਮੇਸ਼ਾ ਮੇਰੇ ਨਾਲ ਚੰਗਾਈ ਹੋਇਆ ਟੱਚ ਉੱਡ ਇਹ ਫਿਲਮ ਵੀ ਬਹੁਤ ਹੀ ਜ਼ਿਆਦਾ ਸਕਸੈਸਫੁਲ ਰਹੂਗੀ ਇਹ ਹੈ ਜ ਮੇਰਾ ਮੰਨਣਾ ਜਿੱਦਾਂ ਤੁਸੀਂ ਕਹੇ ਕਿ ਪ੍ਰਿੰਸ ਉਹਨਾਂ ਨੂੰ ਤੁਸੀਂ ਕਾਫੀ ਟਾਈਮ ਤੋਂ ਜਾਣਦੇ ਹੋ ਕਾਫੀ ਕਲੋਜ਼ ਹੈਗੇ ਹੋ ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਕੀ ਇਦਾਂ ਦਾ ਚੇਂਜ ਦੇਖਿਆ ਹੈ ਕਿ ਜਿਹੜਾ ਨੋਟ ਵੀ ਹੁੰਦਾ ਠੀਕ ਹੈ ਐਜ਼ ਐਨ ਆਰਟਿਸਟ ਐਜ਼ ਐਨ ਕਿਰਦਾਰ ਤਾਂ ਉਹ ਅੱਛੀ ਨਹੀਂ ਕੁਝ ਕੁ ਚੀਜ਼ਾਂ ਬੰਦਾ ਨੋਟ ਵੀ ਕਰਦਾ ਇੰਨਾ ਟਾਈਮ ਤੁਸੀਂ ਜਾਣਦੇ ਹੋ ਪ੍ਰਿੰਸ ਮੈਂ ਮੇਰਾ ਜਿਹੜਾ ਮੰਨਣਾ ਹੈ ਕਿ ਜਿਵੇਂ ਸਾਡੇ ਵਰਗੇ ਕਲਾਕਾਰ ਵੀ ਆਰ ਬਰੀ ਨਾਰਮਲ ਸਾਰਟ ਆਫ ਪ੍ਰਿੰਸ ਹਮੇਸ਼ਾ ਤੋਂ ਇੱਕ ਡਿਫਰੈਂਟ ਸਫੀਰ ਦਾ ਕਲਾਕਾਰ ਹੈ ਹੂੰ ਹੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਹਿਤ ਸੁਭਾਅ ਕਹੇ ਜਾਂਦਾ ਉਹਦਾ ਜਿਵੇਂ ਵਾਰਨਿੰਗ ਨੇ ਇੱਕ ਸਟ੍ਰੌਮ ਲਿਆਂਦਾ ਸੀਗਾ ਜੀ ਜੀ ਪੰਮਾ ਹੂੰ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਐਕਟਰ ਆਪਣੀ ਇੰਡਸਟਰੀ ਚ ਨਹੀਂ ਸੀਗੇ ਜਿਹੜੇ ਉਸ ਕੈਰੈਕਟਰ ਨੂੰ ਇੰਨੀ ਐਫਰਟਲੈਸਲੀ ਪੁਲ ਕਰ ਸਕਦੇ ਸੀਗੇ ਪ੍ਰਿੰਸ ਜੋ ਦੇ ਜਿਹੜਾ ਕੋ ਹੁੰਦਾ ਨਾ ਕਿ ਸਰਪ੍ਰਾਈਜ਼ਿੰਗ ਫੈਕਟਰ ਹੈਗਾ ਹੂੰ ਤੇ ਚੇਤਾ ਸਿੰਘ ਜੀ ਨੇ ਬਕਾਇਦਾ ਇਟਸ ਅ ਕੌਨਸ਼ੀਅਸ ਐਫਰਟ ਕਿ ਪੰਮਾ ਤੇ ਚੇਤਾ ਸਿੰਘ ਬਿਲਕੁਲ ਦੋ ਅਲੱਗ ਇੰਡੀਵਿਜੂਅਲ ਲੱਗਣ ਹੂੰ ਹੂੰ ਤੇ ਬਹੁਤ ਮਿਹਨਤ ਕੀਤੀ ਤੇ ਆਈ ਹੈਵ ਸੀਨ ਦੈਟ ਮੈਂ ਅਸੀਂ ਸੈੱਟ ਤੇ ਬਹੁਤ ਹੈਡ ਅ ਗੇਲਾ ਟਾਈਮ ਔਨ ਦਾ ਸੈੱਟ ਕਿਉਂਕਿ ਅਸ਼ੀਸ਼ ਜੀ ਜਿਹੜੇ ਡਾਇਰੈਕਟਰ ਨੇ ਫਿਲਮ ਦੇ ਮਾਵੀਰ ਭੁੱਲਰ ਪਾ ਜੀ ਨਗਿੰਦਰ ਗਖੜਾ ਪਾ ਜੀ ਮਿੰਟੂ ਕਾਪਾ ਹੂੰ ਹੂੰ ਅਸੀਂ ਵੀ ਆਰ ਲਾਈਕ ਅ ਬਿਗ ਫੈਮਿਲੀ ਗੁਰਜੰਟ ਮੇਰਾ ਇਜ਼ ਆਲਸੋ ਮਾਈ ਯੰਗਰ ਬ੍ਰਦਰ ਤੇ ਮਤਲਬ ਉਹਤੇ ਬਹੁਤ ਸਾਰੀਆਂ ਐਡਵਰਸਿਟੀ ਸੀ ਗਿਆ ਠੰਡ ਬਹੁਤ ਜ਼ਿਆਦਾ ਸੀਗੀ ਸੋ many ਅਦਰ ਥਿੰਗਸ ਫॉर ਮੀ ਪੈ ਗਿਆ ਪਰ ਡਿਸਪਾਇਟ ਆਫ 댓 ਅਸੀਂ ਇਸ ਫਿਲਮ ਨੂੰ ਮੇਕਿੰਗ ਚ ਬਹੁਤ ਇੰਜੋਏ ਕੀਤਾ ਕਿਉਂਕਿ ਤੁਹਾਨੂੰ ਮੇਕਿੰਗ ਵੇਲੇ ਇੱਕ ਇੰਟੂਇਸ਼ਨ ਹੋ ਜਾਂਦੀ ਹੈ ਕਿ ਕੁਛ ਨਾ ਕੁਛ ਵਧੀਆ ਬਣ ਰਿਹਾ ਹੈ ਤੇ ਵਾਕਈ ਕੁਛ ਨਾ ਕੁਛ ਵਧੀਆ ਬਣਿਆ ਜਿੱਦਾਂ ਕਿ ਸੈਟਅਪ ਦੀ ਵੀ ਗੱਲ ਹੋਈ ਸੀਗੀ ਤਾਂ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਸੈਟਅਪ ਤੇ ਲਈ ਕਾਫੀ ਟਾਈਮ ਲੱਗਦਾ ਸੀ ਬਹੁਤ ਟਾਈਮ ਲੱਗਦਾ ਸੀ ਸਾਰਾ ਖੁਦ ਹੀ ਬਣਾਇਆ ਨੇ ਸਾਰਾ ਖੁਦ ਹੀ ਬਣਾਇਆ ਸੈਟਅਪ ਤੇ ਟਾਈਮ ਬਹੁਤ ਲੱਗਦਾ ਸੀਗਾ ਦੂਸਰਾ ਤੁਸੀਂ ਜਦੋਂ ਫਿਲਮ ਦੇਖੋਗੇ ਫਿਲਮ ਚ ਇੱਡੇ ਨਿਊਐਂਸਸ ਛੋਟੀਆਂ-ਛੋਟੀਆਂ ਨਿਊਐਂਸਸ ਨੇ ਐਡਿਕ ਚੈਲੈਂਜਿੰਗ ਸੀਨ ਨੇ ਵੀ ਲੋਕ ਇੱਕ ਵਾਰ ਕਹਿਣਗੇ ਕਿ ਕਿਵੇਂ ਫਿਲਮਾਇਆ ਹੋਣਾ ਇਹ ਸੀ ਬਹੁਤ ਸਾਰੀਆਂ ਮਤਲਬ ਫਿਲਮਾਂ ਜਿਸੀ ਪਹਿਲੀਆਂ ਚੀਜ਼ਾਂ ਲੈ ਕੇ ਆਏ ਆ ਜਿਹੜੀਆਂ ਤੁਹਾਨੂੰ ਬਕਾਇਦਾ ਇੱਕ ਜਿਵੇਂ ਕਹਿੰਦਾ ਰੋਮੈਂਟਿਕ ਹੂੰ ਰੋਮਾਂਚਿਤ ਕਰਨ ਗਿਆ ਹਾਂ 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 ਹੈਰਾਨ ਕਰ ਦਿਆਂਗੇ ਹੈਰਾਨ ਕਰਨ ਗਿਆ ਹਾਂ ਜੀ ਜੀ ਅੱਛਾ ਤੇ ਜਦੋਂ ਤੁਸੀਂ ਕੈਰੈਕਟਰ ਪਲੇ ਕਰਦੇ ਹੁੰਦੇ ਆ ਜਦੋਂ ਸ਼ੂਟ ਹੁੰਦਾ ਹੈ ਜਦੋਂ ਕੱਟ ਲੱਗਦਾ ਹੈ ਉਸ ਤੋਂ ਬਾਅਦ ਤੁਸੀਂ ਕੈਰੈਕਟਰ ਦੇ ਵਿੱਚ ਰਹਿੰਦੇ ਹੋ ਕਿ ਨਹੀਂ ਫਿਰ ਨਾਰਮਲ ਵਾਲੇ ਸੰਜੂ ਸੁਲੰਕੀ ਹੀ ਘੁੰਮਦੇ ਹੁੰਦੇ ਆਲੇ ਦੁਆਲੇ ਨਹੀਂ ਮੈਂ ਐਕਚੁਅਲੀ ਮੇਰੇ ਤੋਂ ਬਹੁਤ ਸਾਰੇ ਲੋਕਾਂ ਨੂੰ ਸ਼ਿਕਾਇਤ ਰਹੀ ਸੀ ਜਦੋਂ ਮੈਂ ਥੀਏਟਰ ਵੀ ਕਰਦਾ ਹੁੰਦਾ ਸੀਗਾ ਕਿ ਤੂੰ ਯੂ ਆਰ ਅ ਬੈਟਰ ਐਕਟਰ ਬਟ ਤੂੰ ਆਪਣੇ ਪੋਟੈਂਸ਼ੀਅਲ ਨੂੰ ਪੂਰਾ ਯੂਜ਼ ਨਹੀਂ ਕਰਦਾ ਯੂ ਆਰ ਨੌਨ ਸੀਰੀਅਸ ਕੁਝ ਸਮ ਐਕਸੈਂਟ ਮੈਂ ਨਾਨ ਸੀਰੀਅਸ ਸੀਗਾ ਵੀ ਬਟ ਜਿਉਂ-ਜਿਉਂ ਤੁਸੀਂ ਉਮਰ ਦੇ ਹਿਸਾਬ ਨਾਲ ਪਰਪੱਕ ਹੁੰਨੇ ਹੋ ਜਿਉਂ-ਜਿਉਂ ਤੁਹਾਨੂੰ ਰੋਲਸ ਚੈਲੈਂਜਿੰਗ ਮਿਲਦੇ ਜਾਂਦੇ ਨੇ ਇਸ ਫਿਲਮਸ ਦਾ ਐ ਹੁੰਦਾ ਸੀਗਾ ਕਿ ਸਾਡਾ ਮੇਰਾ ਗੁਰਜੰਟ ਭਾਈ ਦਾ ਤੇ ਪ੍ਰਿੰਸ ਭਾਈ ਦਾ ਇੱਕ ਸੀਨ ਸੀਗਾ ਜਿੱਥੇ ਸਾਨੂੰ ਟੌਰਚਰ ਕਰਦੇ ਉਹ ਤੇ ਉਹ ਮੈਨ ਲੱਗਦਾ ਉਹ ਸੀਨ ਚ ਅਸੀਂ ਵੈਰਨਿਟੀਜ਼ ਕੋ ਗਏ ਆਈ ਹਮ ਇਟ ਵਾਸ ਅ ਬਰੀ ਲੌਂਗ ਸੀਨ ਅਰਾਊਂਡ 4-5 ਘੰਟਿਆਂ ਦਾ ਉਹ ਸੀਨ ਸੀਗਾ ਤੇ ਅਸੀਂ ਉੱਥੇ ਹੀ ਰਹੇ ਇਹੀ ਜੀ ਫਿਲਮਾਂ ਚ ਬੜਾ ਡੈਲੀਕੇਟ ਚੀਜ਼ ਹੁੰਦੀ ਹੈ ਤੁਸੀਂ ਥੋੜਾ ਜਿਹਾ ਕਰੈਕਟਰ ਤੋਂ ਬਾਹਰ ਹੋਏ ਫਿਰ ਉਹ ਕੀਤਾ ਕਰਾਇਆ ਨਾ ਸਾਰਾ ਦਿਖਣ ਲੱਗ ਜਾਂਦਾ ਇਸ ਕਰਕੇ ਇਸ ਫਿਲਮ ਦੇ ਦੌਰਾਨ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਹ ਕੋਸ਼ਿਸ਼ ਕੀਤੀ ਕਿ ਸੇਮ ਆਊਟਫਿਟ ਚ ਰਹੀਏ ਉਸੇ ਤਰ੍ਹਾਂ ਜਿਵੇਂ ਅਸੀਂ ਗੰਦੇ ਬੰਦੇ ਬਣੇ ਹੋਏ ਸੀਗੇ ਉਹੀ ਚੀਜ਼ ਕੈਰੀ ਕਰੀਏ ਠੀਕ ਹੈ ਜੀ ਅੱਛਾ ਤੇ ਆਸ਼ੀਸ਼ ਉਹਨਾਂ ਦੀ ਇਹ ਪਹਿਲੀ ਫਿਲਮ ਆ ਐਜ਼ ਅ ਡਾਇਰੈਕਟਰ ਉਹਨਾਂ ਨੇ ਕਿੰਨਾ ਕੁ ਮਤਲਬ ਕਿ ਹੁੰਦਾ ਨਾ ਕਿ ਇੱਕ ਹੁੰਦਾ ਕਿ ਆਰਟਿਸਟ ਨੂੰ ਦੇਖਣਾ ਉਹਨਾਂ ਨੂੰ ਸਮਝਾਉਣੀਆਂ ਚੀਜ਼ਾਂ ਤੁਸੀਂ ਉਹਨਾਂ ਦੇ ਵਿੱਚ ਕੀ ਕੁਝ ਚੀਜ਼ਾਂ ਨੋਟ ਕੀਤੇ ਕਿਉਂਕਿ ਤੁਸੀਂ ਕਾਫੀ ਟਾਈਮ ਦੇ ਵਿੱਚ ਇੰਡਸਟਰੀ ਦੇ ਵਿੱਚ ਹੈਗੇ ਹੋ ਆਸ਼ੀਸ਼ ਦਾ ਇਹ ਹੋਇਆ ਕਿ ਅਸੀਂ ਵਾਕਈ ਪਹਿਲੀ ਵਾਰ ਮਿਲੇ ਹਾਂ ਹਾਂ ਇਸ ਫਿਲਮ 'ਚ ਇਸ ਪਹਿਲੀ ਵਾਰ ਮਿਲੇ ਹਾਂ ਨਗੇਂਦਰ ਭਾਜੀ ਤੋਂ ਮੈਂ ਜ਼ਰੂਰ ਆਸ਼ੀਸ਼ ਭਾਜੀ ਬਾਰੇ ਸੁਣਿਆ ਹੋਇਆ ਹੈ ਸੀਗਾ ਹੀ ਇਜ਼ ਅ ਵੈਰੀ ਈਜ਼ੀ ਗੋਇੰਗ ਪਰਸਨ ਜਿਵੇਂ ਕੁਝ ਕੁਝ ਕਹਿੰਦੇ ਨਾ ਸਾਡੀਆਂ ਰਮਜ਼ਾਂ ਵੀ ਮਿਲਦੀਆਂ ਨੇ ਕੁਝ ਹਮ ਦ ਵੇ ਵੀ ਯੂਜ਼ ਟੂ ਟਾਕ ਔਨ ਦ ਸੈੱਟ ਸਾਡੀਆਂ ਕੁਝ ਜਿਹੜੀਆਂ ਗੱਲਾਂ ਬਾਤਾਂ ਵੀ ਮਿਲਦੀਆਂ ਨੇ ਤੇ ਲੱਗੇ ਨਹੀਂ ਕਿ ਮਤਲਬ ਇਸ ਸਮਨ ਨਿਊ ਕੋਈ ਨਵਾਂ ਬੰਦਾ ਤੇ ਐਸ ਐਨ ਐਕਟਰ ਬਹੁਤ ਲਿਬਰਟੀ ਦਿੰਦਾ ਆਸ਼ੀਸ਼ ਆਲਵੇਸ ਗਿਵ ਯੂ ਅ ਲਿਬਰਟੀ ਕਿ ਭਾਜੀ ਜਦੋਂ ਤੱਕ ਤੁਹਾਨੂੰ ਨਹੀਂ ਲੱਗਦਾ ਮੇਰੇ ਵੱਲੋਂ ਰੀ ਟੇਕ ਹੈਗੇ ਤੁਸੀਂ ਮਤਲਬ ਜਦੋਂ ਤੱਕ ਤੁਹਾਨੂੰ ਨਹੀਂ ਲੱਗਦਾ ਕਿ ਇਹ ਵਧੀਆ ਹੋਇਆ ਉਦੋਂ ਤੱਕ ਤੁਸੀਂ ਕਰ ਬੜਾ ਹੀ ਮਜ਼ਾ ਆਇਆ ਹਾਂ ਫਸਟ ਟਾਈਮ ਬਟ ਨਾਟ ਫॉर द ਲਾਸਟ ਟਾਈਮ ਬਰੀ ਸ਼ੋਰ ਆ ओके ਜਿੱਦਾਂ ਹੁੰਦਾ ਨਾ ਕਿ ਜਦੋਂ ਕੋਈ ਕਾਮਿਕ ਕਰੈਕਟਰ ਪਲੇ ਕਰਨਾ ਹੁੰਦਾ ਮਾਹੌਲ ਉਹਦਾ ਚਾਹੀਦਾ ਹੈ ਹੈਨਾ ਤੇ ਹੁਣ ਜਿਵੇਂ ਦਾ ਇਹ ਕਰੈਕਟਰ ਦਾ ਜਾਂ ਜਿਵੇਂ ਦਾ ਫਿਲਮ ਦਾ ਕਨਸੈਪਟ ਆ ਹੈਨਾ ਉਹਦਾ ਮਾਹੌਲ ਦੇ ਲਈ ਫਿਰ ਕਿੱਦਾਂ ਕਰੈਕਟਰ ਦੇ ਵਿੱਚ ਆਉਣਾ ਪੈਂਦਾ ਹੈ ਕਿ ਸੈੱਟ ਤੇ ਜਾ ਕੇ ਬੰਦਾ ਰੈਡੀ ਹੋ ਜਾਂਦਾ ਹੈ ਕਿ ਚਲੋ ਨਹੀਂ ਅਸੀਂ ਐਕਚੁਅਲੀ ਜਿਹੜੀ ਵਧੀਆ ਗੱਲ ਇਹ ਹੁੰਦੀ ਸੀ ਕਿ ਅਸੀਂ ਇੱਕ ਤਾਂ ਸੀਨ ਨੂੰ ਪਹਿਲਾਂ ਪੜ੍ਹਦੇ ਸੀਗੇ ਸਾਰੇ ਹੂੰ ਬਹੁਤ ਹੱਦ ਤੱਕ ਤਾਂ ਉਹ ਵੜਦੇ ਵਕਤੀ ਤੁਸੀਂ ਉਸ ਜ਼ੋਨ ਚ ਪਹੁੰਚ ਜਾਂਦੇ ਹੋ ਫਿਰ ਉਸ ਤੋਂ ਬਾਅਦ ਜਦੋਂ ਤੁਹਾਡਾ ਮੇਕਅਪ ਹੁੰਦਾ ਸੀਗਾ ਫਿਰ ਮੇਕਅਪ ਤਾਂ ਮਤਲਬ ਇੰਨਾ ਜ਼ਿਆਦਾ ਇਫੈਕਟਿਵ ਸੀਗਾ ਬਹੁਤ ਜ਼ਿਆਦਾ ਮਿਹਨਤ ਕੀਤੀ ਸਾਰੇ ਨੇ ਮੇਕਅਪ ਤੋਂ ਬਾਅਦ ਫਿਰ ਤੁਸੀਂ ਉਸ ਜ਼ੋਨ ਸੀ ਚਲੇ ਜਾਣਾ ਮਤਲਬ ਨੋਬਡੀ ਕੈਨ ਪੁਲੀ ਆਊਟ ਫਰਮ ਥੈਟ ਇੱਕ ਸੈੱਟ ਜਦ ਤਰ ਤਿਆਰ ਹੋ ਗਿਆ ਹੈ ਨਾ ਬੰਦਿਆਂ ਨੂੰ ਜਾਂਦੇ ਵੀ ਵਾਈਬ ਆ ਜਾਂਦੀ ਹੈ ਜਾਂਦੀ ਵਾਈਬ ਆਉਂਦੀ ਹੈ ਤੇ ਮਤਲਬ ਪੀਪਲ ਯੂਜ਼ ਟੂ ਆਇਆਂ ਖਾਂ ਫਾੜ ਫਾੜ ਕੇ ਦੇਖਦੇ ਹੁੰਦੇ ਸੀ ਵੀ ਇਹ ਕੁਝ ਵਿਸ਼ਾਇਦ ਕੁਝ ਆਰਟੀਫੀਸ਼ਲ ਹੋਣਾ ਬਟ ਨਥਿੰਗ ਵਾਸ ਆਰਟੀਫੀਸ਼ਲ ਜਿੱਦਾਂ ਅਸੀਂ ਪੋਸਟਰ ਦੇਖਿਆ ਫਿਲਮ ਦੇ ਟੀਜ਼ਰ ਟ੍ਰੇਲਰ ਦੇਖਿਆ ਬਹੁਤ ਹੀ ਜ਼ਬਰਦਸਤ ਹੈ ਤੇ ਲੱਗਦਾ ਕਿ ਜਿਹੜੀ ਸਾਡੀ ਪੰਜਾਬੀ ਆਡੀਸ਼ਨ ਉਹਨਾਂ ਨੂੰ ਇਹੋ ਜੇ ਕਨਸੈਪਟ ਚਾਹੀਦੇ ਆ ਹਨਾ ਉਹ ਚਾਹੁੰਦੇ ਨੇ ਕਿ ਬਾਕੀ ਜੇ ਇੰਡਸਟਰੀਜ਼ ਦੇ ਵਿੱਚ ਦੇਖਦੇ ਹੋ 1 ਸਤੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਜੀ 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 ਹੋਰ ਕਿਉਰੀਓਸਿਟੀ ਤਾਂ ਹੈਗੀ ਆ ਪਰ ਫਿਰ ਵੀ ਤੁਸੀਂ ਥੋੜਾ ਜਿਹਾ ਬਰੀਫ ਚ ਕੀ ਕਹਿਣਾ ਚਾਹੋਗੇ ਕਿ ਫਿਲਮ ਦੇਖਣ ਥੀਏਟਰ ਦੇ ਵਿੱਚ ਪਹੁੰਚੋ ਦੇਖੋ ਦਾਦੇ ਨਾਨੇ ਦੇ ਜਿਹੜੇ ਕਹਾਣੀਆਂ ਹੁੰਦੀਆਂ ਨੇ ਬਚਪਨ ਚ ਹਮ ਉਹ ਕਹਾਣੀਆਂ ਵੀ ਜੇ ਕੱਲੇ ਰਾਜੇ ਰਾਣੀ ਦੀਆਂ ਕਹਾਣੀਆਂ ਹੀ ਕਹੀ ਜਾਈਏ ਉਹ ਇੱਕ ਲੈਵਲ ਤੇ ਆ ਕੇ ਫਿਰ ਬੋਰ ਹੋਣ ਲੱਗ ਜਾਂਦਾ ਬੱਚਾ ਹੈ ਨਾ ਬਿਲਕੁਲ ਤੇ ਅੱਜ ਕੱਲ ਦਾ ਜਿਹੜਾ ਦੌਰ ਹੈ ਪੰਜਾਬੀ ਸਿਨੇਮਾ ਦਾ ਮੈਨੂੰ ਮਤਲਬ ਐਂ ਲੱਗਦਾ ਕਿ ਬਹੁਤ ਫਰੈਸ਼ ਕਰ ਰਿਹਾ ਹੈ ਸਿਨੇਮਾ ਬਹੁਤ ਵਧੀਆ ਦੌਰ ਹੈ ਬਹੁਤ ਸਾਰੀਆਂ ਹੀ ਫਿਲਮਾਂ ਲਗਭਗ ਬਹੁਤ ਚੰਗਾ ਪਰਫਾਰਮ ਕਰ ਰਹੀਆਂ ਨੇ ਹੂੰ ਹੂੰ ਤੇ ਡਿਫਰੈਂਟ ਕੰਟੈਂਟ ਕਹਿਣ ਦਾ ਹਿੰਮਤ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਤੇ ਅਲੱਗ-ਅਲੱਗ ਕਿਸਮ ਦੀਆਂ ਕਹਾਣੀਆਂ ਕਈਆਂ ਵੀ ਜਾਣੀਆਂ ਚਾਹੀਦੀਆਂ ਤਾਂ ਹੀ ਅਸੀਂ ਸਿਨੇਮੇ ਨੂੰ ਉਹ ਇੰਟਰਸਟਿੰਗ ਬਣਾ ਕੇ ਰੱਖ ਸਕਾਂਗੇ ਕਿਉਂਕਿ ਦੇਖੋ ਜਿਹੜੀ ਫਿਲਮ ਹੈ ਇਟਸ ਅ ਵਿਜ਼ੂਅਲ ਦਾ ਮੀਡੀਅਮ ਹੈ ਮੈਨੂੰ ਪਤਾ ਬਟ ਸਟਿਲ ਜਿਹੜਾ ਇੱਕੋ ਚੀਜ਼ ਸਰਵ ਕਰਨ ਦੀ ਜਗ੍ਹਾ ਨਾ ਉਹ ਕੁਜ਼ੀਨ ਫਿਰ ਪੁਰਾਣਾ ਹੋ ਜਾਂਦਾ ਹੈ ਨਾ ਤੇ ਮੈਨੂੰ ਆਈ ਐਮ ਵੈਰੀ ਲੱਕੀ ਆਈ ਐਮ ਵੈਰੀ ਪ੍ਰਾਊਡ ਟੂ ਬੀ ਅ ਪਾਰਟ ਆਫ ਅ ਵੈਰੀ ਡਿਫਰੈਂਟ ਫਿਲਮ ਨੀਤਾ ਸਾਰੇ ਕਹਿੰਦੇ ਨੇ ਸਾਡੀ ਫਿਲਮ ਥੋੜੀ ਹਟਕੇ ਹੈ ਸਾਡੀ ਫਿਲਮ ਥੋੜੀ ਹਟਕੇ ਹੈ ਹੋਣੀ ਵੀ ਚਾਹੀਦੀ ਹੈ ਕਈ ਵਾਰ ਛੇਤੀ ਫਿਲਮ ਤੋਂ ਹਟ ਵੀ ਜਾਂਦੀ ਹੈ ਥੀਏਟਰਾਂ ਚ ਉਹ ਕਾਫੀ ਹਟਕੇ ਹੋ ਜਾਂਦੀ ਹੈ ਹਟਕੇ ਹੋ ਜਾਂਦੀ ਹੈ ਪਰ ਵਾਕਈ ਇਟਸ ਅ ਵੈਰੀ ਡਿਫਰੈਂਟ ਫਿਲਮ ਡਿਫਰੈਂਟ ਟੂ ਇਟ ਮੈਕ ਤੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਜੋ ਤੁਹਾਨੂੰ ਵੀ ਬੈਸਟ ਵਿਸ਼ੇਸ ਇੱਕ ਸਾਲ ਤੋਂ ਆਪਾਂ ਵੀ ਵੇਟ ਕਰਦੇ ਪਏ ਕਿ ਫਿਲਮ ਰਿਲੀਜ਼ ਹੋਵੇ ਜੀ ਜੀ ਤੇ ਤੁਸੀਂ ਵੀ ਸਾਰੇ 1 ਸਤੰਬਰ ਨੂੰ ਫਿਲਮ ਦੇਖਣ ਜ਼ਰੂਰ ਪਹੁੰਚਿਓ ਚੇਤਾ ਸਿੰਘ ਕਿਉਂਕਿ ਸਾਰੇ ਦੇ ਅੰਦਰ ਕਿਉਰੀਓਸਟੀ ਹੈਗੀ ਫਿਰ ਆਪਾਂ ਉੱਥੇ ਮਿਲਾਂਗੇ ਜਾ ਕੇ ਤੁਸੀਂ ਦੇਦਰੋ ਪ੍ਰਾਈਮੇਰੀ ਸ਼ੀਟੀ ਵੀ ਤੁਹਾਡਾ ਆਪਣਾ ਤੁਹਾਡੇ ਲਈ ਚੇਕ ਕਰ ਬਾਈ ਸਸਿਕਾ